ਇੱਕ 8 ਸਾਲ ਦੀ ਬੱਚੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਮਾਸੀ ਮਾਸੜ ਦੇ ਉੱਤੇ ਹੀ ਕਤਲ ਦੇ ਇਲਜ਼ਾਮ ਲੱਗੇ ਨੇ ਅਤੇ ਬੱਚੀ 1.5 ਮਹੀਨੇ ਪਹਿਲਾਂ ਹੀ ਆਪਣੇ ਮਾਸੀ ਮਾਸੜ ਦੇ ਕੋਲ ਰਹਿਣ ਦੇ ਲਈ ਆਈ ਸੀ ਅਤੇ ਪੁਲਿਸ ਨੇ ਹੁਣ ਇਹਨਾਂ ਦੋਵਾਂ ਨੂੰ ਹੀ ਗ੍ਰਿਫਤਾਰ ਕਰ ਲਿਆ। ਤਾਂ ਦੱਸ ਦਈਏ ਕਿ ਬੱਚੀ ਦੇ ਸਰੀਰ ਦੇ ਉੱਤੇ ਸੱਟਾਂ ਦੇ ਕਾਫੀ ਡੂੰਘੇ ਨਿਸ਼ਾਨ ਮਿਲੇ ਨੇ, ਰੱਸੀ ਦੇ ਵੀ ਨਿਸ਼ਾਨ ਦੱਸਿਆ ਜਾ ਰਿਹਾ ਹੈ। ਤਾਂ ਉਸ ਤੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਹੋ ਸਕਦਾ ਬੱਚੀ ਦੀ ਗਲ ਘੋਟ ਕੇ ਵੀ ਹੱਤਿਆ ਕੀਤੀ ਜਾ ਸਕਦੀ ਹੈ। ਤਾਂ ਮਾਸੀ ਮਾਸੜ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਪਾਣੀਪਤ ਤੋਂ ਇਹ ਮਾਮਲਾ ਸਾਹਮਣੇ ਆਇਆ। ਦਰਅਸਲ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਮੌਕੇ ਦੇ ਉੱਤੇ ਪੁਲਿਸ ਪਹੁੰਚਦੀ ਹੈ ਅਤੇ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਦੋਂ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਖੁਲਾਸਾ ਹੋਇਆ ਕਿ ਬੱਚੀ ਦੀ ਸਰੀਰ ਦੇ ਉੱਤੇ ਕਾਫੀ ਡੂੰਘੇ ਨਿਸ਼ਾਨ ਮਿਲੇ ਨੇ ਸੱਟਾਂ ਦੇ। ਹਾਲਾਂਕਿ ਕਿਹਾ ਜਾ ਰਿਹਾ ਕਿ ਗਲੇ ਦੇ ਉੱਤੇ ਵੀ ਇੱਕ ਰੱਸੀ ਦਾ ਨਿਸ਼ਾਨ ਮਿਲਿਆ, ਜਿਸ ਤੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਹੋ ਸਕਦਾ ਬੱਚੀ ਦਾ ਕਤਲ ਜੋ ਹੈ ਉਹ ਗਲਾ ਘੋਟ ਕੇ ਕੀਤਾ ਗਿਆ ਹੋਵੇ। ਤਾਂ ਪਾਣੀਪਤ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਮਾਸੂਮ ਬੱਚੀ 8 ਸਾਲ ਦੀ ਦਾ ਕਤਲ ਹੋਇਆ। ਮਾਸੀ ਮਾਸੜ ਦੇ ਉੱਤੇ ਇਲਜ਼ਾਮ ਲੱਗੇ ਨੇ। 1.5 ਮਹੀਨੇ ਪਹਿਲਾਂ ਹੀ ਕਿਹਾ ਜਾ ਰਿਹਾ ਕਿ ਇਹ ਬੱਚੀ ਆਪਣੇ ਮਾਸੀ ਮਾਸੜ ਦੇ ਕੋਲ ਰਹਿਣ ਦੇ ਲਈ ਆਈ ਸੀ। ਹਾਲਾਂਕਿ ਬੱਚੀ ਦੇ ਮਾਂ ਬਾਪ ਹੈ ਜਾਂ ਨਹੀਂ ਇਸ ਦੇ ਬਾਰੇ ਦੇ ਵਿੱਚ ਪੁਲਿਸ ਦੇ ਵੱਲੋਂ ਹਾਲੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ, ਪਰ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ, ਮਾਸੀ ਮਾਸੜ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਸੂਚਨਾ ਮਿਲੀ ਥੀ, ਇਸ ਸੂਚਨਾ ਕੇ ਉੱਪਰ ਮੈਂ ਯਹਾਂ ਪਰ ਆਇਆ ਹੂੰ ਔਰ ਮੌਕਾ ਦੇਖ ਕਰਕੇ ਜੈਸੀ ਵੀ ਹੋਗੀ ਉਸ ਕਾਨੂੰਨੀ ਕਾਰਵਾਈ ਕਰੇਂਗੇ। ਕਿੰਨੇ ਸਾਲ ਕੀ ਬੱਚੀ ਸੀ ਇਹ ਅਭੀ ਸਾਰੀ ਡਿਟੇਲ ਮੈਂ ਜਾਣ ਲੂੰਗਾ, ਅਭੀ ਆਇਆ ਹੂੰ ਤੋ ਆਰੋਪੀ ਸਰ ਗ੍ਰਿਫਤਾਰ ਕੀਏ ਅਭੀ ਜੈਸੀ ਵੀ ਹੋਗਾ ਜੋ ਹੋਗਾ ਅਭੀ ਤੋ ਆਇਆ ਹੂੰ ਮੌਕੇ ਪੇ ਜੈਸੀ ਸੂਚਨਾ ਮਿਲੇਗੀ ਜੋ ਵੀ ਹੈ ਉਸਕੇ ਅਨੁਸਾਰ ਕਾਨੂੰਨੀ ਕਾਰਵਾਈ ਕਰੇਂਗੇ। ਇੱਕ 8 ਸਾਲ ਦੀ ਬੱਚੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਮਾਸੀ ਮਾਸੜ ਦੇ ਉੱਤੇ ਹੀ ਕਤਲ ਦੇ ਇਲਜ਼ਾਮ ਲੱਗੇ ਨੇ ਅਤੇ ਬੱਚੀ 1.5 ਮਹੀਨੇ ਪਹਿਲਾਂ ਹੀ ਆਪਣੇ ਮਾਸੀ ਮਾਸੜ ਦੇ ਕੋਲ ਰਹਿਣ ਦੇ ਲਈ ਆਈ ਸੀ ਅਤੇ ਪੁਲਿਸ ਨੇ ਹੁਣ ਇਹਨਾਂ ਦੋਵਾਂ ਨੂੰ ਹੀ ਗ੍ਰਿਫਤਾਰ ਕਰ ਲਿਆ। ਤਾਂ ਦੱਸ ਦਈਏ ਕਿ ਬੱਚੀ ਦੇ ਸਰੀਰ ਦੇ ਉੱਤੇ ਸੱਟਾਂ ਦੇ ਕਾਫੀ ਡੂੰਘੇ ਨਿਸ਼ਾਨ ਮਿਲੇ ਨੇ, ਰੱਸੀ ਦੇ ਵੀ ਨਿਸ਼ਾਨ ਦੱਸਿਆ ਜਾ ਰਿਹਾ ਹੈ। ਤਾਂ ਉਸ ਤੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਹੋ ਸਕਦਾ ਬੱਚੀ ਦੀ ਗਲ ਘੋਟ ਕੇ ਵੀ ਹੱਤਿਆ ਕੀਤੀ ਜਾ ਸਕਦੀ ਹੈ। ਤਾਂ ਮਾਸੀ ਮਾਸੜ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਪਾਣੀਪਤ ਤੋਂ ਇਹ ਮਾਮਲਾ ਸਾਹਮਣੇ ਆਇਆ। ਦਰਅਸਲ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਮੌਕੇ ਦੇ ਉੱਤੇ ਪੁਲਿਸ ਪਹੁੰਚਦੀ ਹੈ ਅਤੇ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਦੋਂ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਖੁਲਾਸਾ ਹੋਇਆ ਕਿ ਬੱਚੀ ਦੀ ਸਰੀਰ ਦੇ ਉੱਤੇ ਕਾਫੀ ਡੂੰਘੇ ਨਿਸ਼ਾਨ ਮਿਲੇ ਨੇ ਸੱਟਾਂ ਦੇ। ਹਾਲਾਂਕਿ ਕਿਹਾ ਜਾ ਰਿਹਾ ਕਿ ਗਲੇ ਦੇ ਉੱਤੇ ਵੀ ਇੱਕ ਰੱਸੀ ਦਾ ਨਿਸ਼ਾਨ ਮਿਲਿਆ, ਜਿਸ ਤੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਹੋ ਸਕਦਾ ਬੱਚੀ ਦਾ ਕਤਲ ਜੋ ਹੈ ਉਹ ਗਲਾ ਘੋਟ ਕੇ ਕੀਤਾ ਗਿਆ ਹੋਵੇ। ਤਾਂ ਪਾਣੀਪਤ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਮਾਸੂਮ ਬੱਚੀ 8 ਸਾਲ ਦੀ ਦਾ ਕਤਲ ਹੋਇਆ। ਮਾਸੀ ਮਾਸੜ ਦੇ ਉੱਤੇ ਇਲਜ਼ਾਮ ਲੱਗੇ ਨੇ। 1.5 ਮਹੀਨੇ ਪਹਿਲਾਂ ਹੀ ਕਿਹਾ ਜਾ ਰਿਹਾ ਕਿ ਇਹ ਬੱਚੀ ਆਪਣੇ ਮਾਸੀ ਮਾਸੜ ਦੇ ਕੋਲ ਰਹਿਣ ਦੇ ਲਈ ਆਈ ਸੀ। ਹਾਲਾਂਕਿ ਬੱਚੀ ਦੇ ਮਾਂ ਬਾਪ ਹੈ ਜਾਂ ਨਹੀਂ ਇਸ ਦੇ ਬਾਰੇ ਦੇ ਵਿੱਚ ਪੁਲਿਸ ਦੇ ਵੱਲੋਂ ਹਾਲੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ, ਪਰ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ, ਮਾਸੀ ਮਾਸੜ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਸੂਚਨਾ ਮਿਲੀ ਥੀ, ਇਸ ਸੂਚਨਾ ਕੇ ਉੱਪਰ ਮੈਂ ਯਹਾਂ ਪਰ ਆਇਆ ਹੂੰ ਔਰ ਮੌਕਾ ਦੇਖ ਕਰਕੇ ਜੈਸੀ ਵੀ ਹੋਗੀ ਉਸ ਕਾਨੂੰਨੀ ਕਾਰਵਾਈ ਕਰੇਂਗੇ। ਕਿੰਨੇ ਸਾਲ ਕੀ ਬੱਚੀ ਸੀ ਇਹ ਅਭੀ ਸਾਰੀ ਡਿਟੇਲ ਮੈਂ ਜਾਣ ਲੂੰਗਾ, ਅਭੀ ਆਇਆ ਹੂੰ ਤੋ ਆਰੋਪੀ ਸਰ ਗ੍ਰਿਫਤਾਰ ਕੀਏ ਅਭੀ ਜੈਸੀ ਵੀ ਹੋਗਾ ਜੋ ਹੋਗਾ ਅਭੀ ਤੋ ਆਇਆ ਹੂੰ ਮੌਕੇ ਪੇ ਜੈਸੀ ਸੂਚਨਾ ਮਿਲੇਗੀ ਜੋ ਵੀ ਹੈ ਉਸਕੇ ਅਨੁਸਾਰ ਕਾਨੂੰਨੀ ਕਾਰਵਾਈ ਕਰੇਂਗੇ।